ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਮੇਰੇ ਨਾਲ ਨੇ ਜੀ ਨਵਜੋਤ ਕੌਰ, ਜਿਨ੍ਹਾਂ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਗ੍ਰਾਂਟ ਹੋਇਆ। ਸੋ ਬਹੁਤ ਬਹੁਤ ਮੁਬਾਰਕਾਂ ਜੀ, ਬਹੁਤ ਬਹੁਤ ਮੁਬਾਰਕਾਂ ਭਾਈ। ਸੋ ਕੀ ਪ੍ਰੋਫਾਈਲ ਸੀ ਮੈਡਮ ਤੁਹਾਡੀ? ਮੇਰਾ ਨਾਮ ਨਵਜੋਤ ਕੌਰ ਹੈ। ਮੇਰਾ ਓਵਰਆਲ 6th ਬੈਂਡ ਸੀ ਅਤੇ ਮੈਂ ਪਲੱਸ ਟੂ 2022 'ਚ ਕੀਤੀ ਸੀ। ਮੇਰਾ 70 ਬੈਂਡ ਸੀ, 70% ਸੀਗੇ। ਸੋ ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਅੱਜ ਮੇਰਾ ਕੈਨੇਡਾ ਦਾ ਵੀਜ਼ਾ ਹੈ। ਓਕੇ, ਸੋ ਤੁਹਾਨੂੰ ਰਿਕਮੈਂਡ ਕਿਹਨੇ ਕੀਤਾ ਸੀ ਹੋਮ ਗਲੋਬਲ ਬਾਰੇ? ਮੈਂ ਇੰਸਟਾਗ੍ਰਾਮ 'ਤੇ ਵੀਡੀਓਜ਼ ਵਗੈਰਾ ਦੇਖੀਆਂ ਸੀਗੀਆਂ ਸਰ। ਸੋ ਮੈਨੂੰ ਬਹੁਤ ਖੁਸ਼ੀ ਹੋਇਆ ਕਿ ਮੇਰਾ ਅੱਜ ਕੈਨੇਡਾ ਦਾ ਵੀਜ਼ਾ ਆ ਰਿਹਾ। ਮੈਂ ਵੀਡੀਓਜ਼ ਦੇਖ ਕੇ ਮੈਂ ਆਪਣੇ ਫਾਦਰ ਨੂੰ ਦੱਸਿਆ ਕਿ ਇੱਥੇ ਆਪਾਂ ਰਿਕਮੈਂਡ, ਇੱਥੇ ਆਪਾਂ ਜਾ ਕੇ ਪੁੱਛੀਏ ਸਰ ਨੂੰ। ਸੋ ਫਿਰ ਮੈਨੂੰ ਜਦ ਤੁਸੀਂ ਦੱਸਿਆ ਕਿ ਤੁਹਾਡਾ ਵੀਜ਼ਾ ਲੱਗ ਸਕਦਾ ਹੈ, ਅਤੇ ਫਿਰ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰਾ ਵੀਜ਼ਾ। ਸੋ ਅੱਜ ਮੈਂ ਫਾਈਨਲੀ ਬਹੁਤ ਖੁਸ਼ ਹਾਂ ਕਿ ਮੇਰਾ ਵੀਜ਼ਾ ਆਇਆ। ਤੁਹਾਡੇ ਫਾਦਰ ਸਾਹਿਬ, ਸੋ ਤੁਸੀਂ ਖੁਸ਼ ਹੋ ਅੱਜ ਤੁਹਾਡਾ ਬੇਟੀ ਦਾ ਕੈਨੇਡਾ ਦਾ ਵੀਜ਼ਾ ਆਇਆ। ਸੋ ਤੁਹਾਨੂੰ ਕਿੱਦਾਂ ਪਤਾ ਲੱਗਾ ਸੀਗਾ? ਇਹਨਾਂ ਨੇ ਦੱਸਿਆ ਸੀ ਜਾਂ ਤੁਸੀਂ ਆਪ ਹੀ ਮਤਲਬ ਸਰਚ ਕਰਦੇ ਹੋ? ਨਹੀਂ, ਬੇਟੀ ਨੂੰ ਦੇਖਿਆ ਇੰਸਟਾਗ੍ਰਾਮ 'ਤੇ, ਇਸ ਕਰਕੇ ਤੁਹਾਨੂੰ ਪਤਾ ਲੱਗਿਆ। ਓਕੇ ਓਕੇ, ਠੀਕ ਹੈ। ਸੋ ਤੁਸੀਂ ਬੱਚਿਆਂ ਨੂੰ ਕੀ ਰਿਕਮੈਂਡ ਕਰਨਾ ਚਾਹੁੰਦੇ ਹੋ ਇੱਕ ਵਾਰ? ਔਰ ਮੈਂ ਕਹਿੰਦਾ ਹੋਮ ਗਲੋਬਲ 'ਤੇ ਆਓ, ਇੱਥੇ ਆ ਕੇ ਸਾਨੂੰ ਮਿਲੋ ਔਰ ਵੀਜ਼ਾ ਲਓ। ਸੋ ਇਹਨਾਂ ਦੀ ਗੱਲ ਜ਼ਰੂਰ ਸੁਣਿਓ, ਹੋਮ ਗਲੋਬਲ ਇੱਕ ਵਾਰ ਵਿਜ਼ਿਟ ਕਰਿਓ। ਪੈਸੇ ਉਦੋਂ ਲਵਾਂਗੇ ਜਿੱਦਾਂ ਇਹਨਾਂ ਨੂੰ ਵੀਜ਼ਾ ਦਿੱਤਾ, ਉਸ ਤੋਂ ਬਾਅਦ ਅਸੀਂ ਪੈਸੇ ਲਵਾਂਗੇ, ਪਹਿਲਾਂ ਕੋਈ ਪੈਸੇ ਨਹੀਂ ਲਵਾਂਗੇ। ਮਾਰਕੀਟ ਦੇ ਵਿੱਚ ਅੱਜ ਬਹੁਤ ਸਾਰੇ ਏਜੰਟਸ ਇੱਦਾਂ ਦੇ ਹੈਗੇ ਆ ਜਿਹੜੇ ਬੱਚਿਆਂ ਤੋਂ ਪਹਿਲਾਂ ਹੀ ਪੈਸੇ ਲੈ ਲੈਂਦੇ ਆ, ਕੋਈ ਲੱਖ ਲੈਂਦਾ, ਕੋਈ 1.25 ਲੱਖ ਲੈਂਦਾ। ਸੋ ਕੱਲ੍ਹ ਨੂੰ ਬੱਚੇ ਦੀ ਰਿਫਿਊਜ਼ਲ ਉਹਦੇ ਹੱਥੇ ਰੱਖ ਦਿੰਦੇ ਆ। ਇੱਦਾਂ ਦੇ ਏਜੰਟਾਂ ਕੋਲ ਫਸਣ ਦੀ ਕੋਈ ਤੁਹਾਨੂੰ ਲੋੜ ਨਹੀਂ ਹੈਗੀ। ਸੋ ਜੇਕਰ ਕਿਸੇ ਨੇ ਵੀ ਹੋਮ ਗਲੋਬਲ ਦੇ ਕੋਲ ਆਉਣਾ, ਹੋਮ ਗਲੋਬਲ ਦਾ ਥੱਲੇ ਨੰਬਰ ਮੈਨਸ਼ਨ ਕਰ ਦੇਵਾਂਗੇ, 9161 9167, ਉੱਥੇ ਅਪੁਆਇੰਟਮੈਂਟ ਆਪਣੀ ਬੁੱਕ ਕਰਵਾ ਕੇ ਸਾਨੂੰ ਜਦੋਂ ਮਰਜ਼ੀ ਮਿਲ ਸਕਦੇ। ਧੰਨਵਾਦ।